ਹਲਕਾ ਭੁੱਲੋ ਤੋਂ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਅੱਜ ਮੋਗਾ ਮੰਡੀ ਦਾ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਸਰਕਾਰੀ ਪ੍ਰਬੰਧਾਂ ਕਾਰਨ ਮੰਡੀਆਂ ਵਿੱਚ ਰੁੜ ਰਹੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ। ਖਹਿਰਾ ਨੇ ਇਸ ਮੌਕੇ ਜਿੱਥੇ ਕਿਸਾਨਾਂ ਦੀ ਮਾੜੀ ਹਾਲਤ ਲਈ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਤਾਂ ਉੱਥੇ ਹੀ ਉਹਨਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਕਿਸਾਨੀ ਸਮੱਸਿਆ ਦਾ ਮੁੱਦਾ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਚੁੱਕਣਗੇ। ਸਰਸਰੀ ਇੱਕ ਮੰਡੀ ਚੈੱਕ ਕੀਤੀ ਪੰਜਾਬ ਦੀ, ਕਿਉਂਕਿ ਅਰਸੇ ਤੋਂ ਇਹ ਸੁਣ ਰਹੇ ਸੀਗੇ ਕਿ ਪ੍ਰੋਕਿਊਰਮੈਂਟ ਵਿੱਚ ਬਹੁਤ ਅਰਸਾ ਰੁਕਾਵਟ ਆ ਰਹੀ ਆ ਅਤੇ ਮੋਇਸਚਰ ਨੂੰ ਲੈ ਕੇ ਲੋਕਾਂ ਦੇ ਵਿੱਚ ਸ਼ਿਕਾਇਤਾਂ ਹਨ। ਮੋਗਾ ਮੰਡੀ ਦੇ ਵਿੱਚ ਆਉਣ ਦਾ ਮਕਸਦ ਵੀ ਇਹੀ ਸੀਗਾ ਔਰ ਅਸੀਂ ਕਿਸਾਨਾਂ ਨੂੰ ਮਿਲੇ ਵੀ ਹਾਂ। ਇਹ ਮੋਇਸਚਰ ਦਾ ਪ੍ਰਮੁੱਖ ਕਾਰਨ ਜਿਹੜਾ ਹੈ ਉਹ ਇਹ ਆ ਕਿ ਝੋਨੇ ਦੀ ਜਿਹੜੀ ਬਿਜਾਈ ਸੀ ਉਹ ਆਲਮੋਸਟ 10 ਦਿਨ ਲੇਟ ਅਲਾਓ ਕੀਤੀ। 10 ਜੂਨ ਦੀ ਬਜਾਏ ਇਸ ਵਾਰ 20 ਜੂਨ ਨੂੰ ਲੋਕਾਂ ਨੂੰ ਝੋਨਾ ਬੀਜਣ ਦੀ ਆਗਿਆ ਦਿੱਤੀ ਗਈ ਔਰ ਉਹਦਾ ਉਹ ਜਿੰਨੀ ਉਹ ਲੇਟ ਬਿਜਾਈ ਕੀਤੀ ਗਈ ਉਨਾ ਉਹਦਾ ਲੇਟ ਹਾਰਵੈਸਟ ਆਉਣ ਕਰਕੇ ਕੁਛ ਮੌਸਮ ਬਦਲ ਗਿਆ, ਕੁਛ ਥੋੜ੍ਹੀ ਜਿਹੀ ਬਰਸਾਤ ਵੀ ਹੋਈ ਇਹਦੇ ਦਰਮਿਆਨ, ਤਾਂ ਝੋਨੇ ਦੇ ਵਿੱਚ ਨਮੀ ਪਾਈ ਗਈ। ਨਮੀ ਦੇ ਕਰਕੇ ਇਹਨਾਂ ਨੂੰ ਇੱਥੇ ਬੈਠਣਾ ਪੈਂਦਾ ਲੰਬਾ ਅਰਸਾ ਔਰ ਇਹਦਾ ਜ਼ਿਆਦਾ ਇਫੈਕਟ ਜਿਹੜਾ, ਚਲੋ ਰੇਟ ਤਾਂ ਇਹ ਕਹਿੰਦੇ ਨੇ ਤਕਰੀਬਨ ਸਾਨੂੰ ਠੀਕ ਮਿਲ ਰਿਹਾ ਵਾ, ਮੋਇਸਚਰ ਲੈਵਲ ਨੂੰ ਇੰਪਰੂਵ ਕਰ ਲੈਂਦੇ ਨੇ, ਅੱਜ ਕਿਸਾਨ ਸਾਨੂੰ ਮਿਲੇ ਨੇ। ਤੁਹਾਡਾ ਕਿਹਦਾ ਪਿੰਡ ਹੈ ਜੀ? ਇਹ ਕਹਿ ਰਹੇ ਨੇ ਕਿ ਅਸੀਂ ਆਪਣਾ ਮੋਇਸਚਰ ਇ੮ੰਪਰੂਵ ਕਰ ਰਹੇ ਹਾਂ, ਹਾਲੇ ਵੀ 23 ਤੱਕ ਪਹੁੰਚਿਆ ਇਹਨਾਂ ਦਾ ਪਰਮਿਸਿਬਲ ਲਿਮਿਟ ਜਿਹੜੀ 17 ਰੱਖੀ FCI ਨੇ, ਵਿਚ ਇਜ਼ ਕੁਆਇਟ ਸਟ੍ਰਿਕਟ। ਤਾਂ ਇਹਦਾ ਇਫੈਕਟ ਜਿਹੜਾ ਅਗਲੀ ਬਿਜਾਈ ਜਿਹੜੀ ਕਣਕ ਦੀ ਹੋ ਰਹੀ ਆ ਜਾਂ ਸਾਡੇ ਵਾਲੇ ਪਾਸੇ ਦੁਆਬੇ 'ਚ ਲੋਕਾਂ ਨੇ ਆਲੂਆਂ ਦੀ ਬਿਜਾਈ ਕਰਨੀ ਆ, ਉਹਦੇ 'ਤੇ ਭਾਰੀ ਇਫੈਕਟ ਪਿਆ ਵਾ। ਇਸ ਲਈ ਮੈਂ ਸਮਝਦਾ ਕਿ ਠੀਕ ਆ, ਪਾਣੀ ਬਚਾਉਣਾ ਪੰਜਾਬ ਦੀ ਬਹੁਤ ਅਹਿਮੀਅਤ ਆ, ਲੇਕਿਨ ਇਹ ਅਗਲੇ ਆਉਣ ਆਗਾਮੀ ਫਸਲ ਵਿੱਚ ਝੋਨੇ ਦੀ ਬਿਜਾਈ ਜਿਹੜੀ ਆ ਉਹ 10 ਜੂਨ ਨੂੰ ਮਿਨੀਮਮ ਗਵਰਨਮੈਂਟ ਨੂੰ ਅਲਾਓ ਕਰ ਦੇਣੀ ਚਾਹੀਦੀ ਆ। ਇਸ ਲਈ ਇਹ ਤਾਂ ਕਿ ਕਿਸਾਨ ਜਿਹੜਾ ਹੋਰ ਸਫ਼ਰ ਨਾ ਕਰੇ। ਕਿਸਾਨਾਂ ਦੀ ਮੁਸ਼ਕਲ ਇਹ ਆ ਰਹੀ ਆ ਕਿ ਕਿਸਾਨ ਸਾਰੇ ਪਾਸੋਂ ਮਾਰ ਹੇਠ ਆ। ਜੇ ਦਿੱਲੀ ਵਿੱਚ ਕੋਈ ਪਰਾਲੀ ਦੀ ਧੂੰਏ ਦੀ ਗੱਲ ਹੁੰਦੀ ਤਾਂ ਉਹ ਵੀ ਪੰਜਾਬ ਦਾ ਕਿਸਾਨ ਕਰਦਾ ਵਾ। ਜੇ ਪੰਜਾਬ ਦੇ ਵਿੱਚ ਅੱਜ ਕਿਸਾਨ ਕਰਜ਼ੇ ਦੇ ਕਰਕੇ ਆਤਮ ਹੱਤਿਆ ਕਰ ਰਿਹਾ, ਨਾਲ ਉਹਦੇ ਖੇਤ ਮਜ਼ਦੂਰ ਵੀ ਪਿੱਸ ਰਿਹਾ ਵਾ। ਇਹ ਜਿਹੜਾ ਐਗਰੇਰੀਅਨ ਸਾਈਕਲ ਆ ਇਹਦੇ 'ਚ ਆੜ੍ਹਤੀਆਂ ਦਾ ਵੀ ਨੁਕਸਾਨ ਹੁੰਦਾ ਵਾ, ਇਹਦੇ 'ਚ ਜਿਹੜੇ ਸਾਡੇ ਮੰਡੀਆਂ ਦੇ ਵਿੱਚ ਬੈਠੇ ਵਪਾਰੀ ਨੇ ਉਹਨਾਂ 'ਤੇ ਵੀ ਅਸਰ ਪੈਂਦਾ ਜਦੋਂ, ਕਿਉਂਕਿ ਪੰਜਾਬ ਦੇ ਵਿੱਚ ਪ੍ਰਮੁੱਖ ਤੌਰ 'ਤੇ ਖੇਤੀ ਦਾ ਕਿੱਤਾ ਹੀ ਆ, ਅਤੇ ਜਦੋਂ ਖੇਤੀ ਦੀ ਆਰਥਿਕਤਾ ਡਿੱਗਦੀ ਆ ਤਾਂ ਸਾਰੇ ਸੂਬੇ ਦੇ ਉੱਤੇ ਅਸਰ ਪੈਂਦਾ, ਸਾਰੇ ਵਰਗਾਂ ਨੂੰ ਅਸਰ ਪੈਂਦਾ ਵਾ। ਸੋ ਸਾਨੂੰ ਇਹ ਉਮੀਦ ਆ ਕਿ ਗਵਰਨਮੈਂਟ ਕੁਛ ਕਰੇਗੀ ਔਰ ਜਿਹੜਾ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ ਕੈਪਟਨ ਸਾਹਿਬ ਨੇ ਉਹਨੂੰ ਤਾਂ ਜ਼ਰੂਰ ਇਹਨਾਂ ਨੂੰ ਲਾਗੂ ਕਰਨਾ ਚਾਹੀਦਾ। 550 ਕਿਸਾਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਆਤਮ ਹੱਤਿਆ ਪੰਜਾਬ ਦੇ ਵਿੱਚ ਖੇਤ ਮਜ਼ਦੂਰ ਕਰ ਚੁੱਕੇ ਨੇ। ਸੋ ਅਮਰਿੰਦਰ ਸਿੰਘ ਨੂੰ ਉਹਨਾਂ ਜੋ ਵਾਅਦਾ ਕੀਤਾ ਸੀ ਕਿਸਾਨਾਂ ਦੇ ਨਾਲ ਉਹ ਪੂਰਾ ਕਰਨ ਦੀ ਜਿਹੜਾ ਸਹੁੰ ਖਾਧੀ ਸੀ ਉਹ ਪੂਰਾ ਕੋਸ਼ਿਸ਼ ਕਰ